दर्शन यानी कि विजन्स ऑफ पंजाब का अज्ज पहला प्रोग्राम पेश कर रहे हैं। इंडियन सब कॉन्टीनेंट के नॉर्थ वैसट में जिते पांच दरिया वगते ने उन्हें पंजाब कहा जाता है। सतलुज, ब्यास, रावी, चनाब ते जेहलम। पंजाबी जबान कितनी पुरानी है इस बारे जानना मुश्किल तो नहीं पर सौखा भी नहीं। पंजाब दे रोपड़ दे शहर विच पुट्टे थे तो पता लगता है कि पंजाबी जबान कोई 3000 साल BC तो भी वध पुरानी है। पंजाब राज की स्थापना दिनी जे बाबा बंदा बहादुर ने कहा जाए कि रखी है तो गलत नहीं होगा। वैसे पंजाब राज की होंद महाराजा रणजीत सिंह के समय तो ही कही जा सकती है। 1764-65 तो 1839 तक महाराजा रणजीत सिंह का राज रहा ते महाराजा रणजीत सिंह की मौत तो 10 साल बाद 1849 ब्रिटिश ईस्ट इंडियन कंपनी ने पंजाब पर कब्जा कर लिया। 1947 की मुल्क की वंडते नाल पंजाब के भी दो टोटे हो गए। सो इस वेले पंजाब के दो टोटे ने। सब तो वड्डा हिस्सा पंजाब का पाकिस्तान पाकिस्तान जुड़िया होया है जिसकी आबादी कोई 8 करोड़ के लगभग है। तो दूसरा छोटा टोटा हिंदुस्तान जुड़िया जिसनों हिंदुस्तानी पंजाब भी कहा जा सकता है, उसते 2 करोड़ के करीब लोग रेंदे ने। वैसे मेरी नज़रिए तीसरा पंजाब एक होर भी है, वह है इन्हों बारे मुल्कों में रेंदे पंजाबियों ने अपना एक पंजाब वसाया होया जिहड़े कि प्रदेशों में सिंगापुर, मलाया, यूरोप और नॉर्थ और साउथ अमेरिका में रेंदे ने। तो इस तीसरे पंजाब विच असीं ते तुसीं सारे वसदे हो जिन्हां लई अज दा इह प्रोग्राम असीं पेश कर रहे हैं। इस प्रोग्राम की की जरूरत सी जिस ते चानना पाउणगे साढ़े प्रोग्राम के डायरैक्टर ਅਤੇ ਕੋ ਪ੍ਰੋਡਿਊਸਰ ਜੁਗਿੰਦਰ ਸਿੰਘ ਕਲਸੀ। ਇਕਬਾਲ ਜੀ, ਜਿੱਦਾਂ ਤੁਸੀਂ ਕਿਹਾ ਵੀ ਅਸੀਂ ਬਹੁ ਗਿਣਤੀ ਵਿੱਚ ਇੱਥੇ ਬਾਹਰਲੇ ਮੁਲਕਾਂ ਵਿੱਚ ਵਸੇ ਹੋਏ ਹਾਂ ਜੀ। ਕਿਸੇ ਵੀ ਬੋਲੀ ਅਤੇ ਸੱਭਿਅਤਾ ਦਾ ਚਰਚਾ ਹੋਣੀ ਜ਼ਰੂਰੀ ਹੈ ਜੇ ਅਸੀਂ ਉਹਨੂੰ ਕਾਇਮ ਰੱਖਣਾ ਹੈ। ਹਾਂਜੀ, ਇੱਥੇ ਰਹਿੰਦੇ ਆਵਾਸੀਆਂ ਵਿੱਚੋਂ ਕਿਹਾ ਜਾਂਦਾ ਹੈ ਵੀ 70% ਅਸੀਂ ਪੰਜਾਬੀ ਰਹਿੰਦੇ ਹਾਂ ਜੀ। ਇੱਕ ਦੋ ਰੇਡੀਓ ਪ੍ਰੋਗਰਾਮਾਂ ਤੋਂ ਸਿਵਾ ਅਜੇ ਤੱਕ ਇੱਥੇ ਪੰਜਾਬੀ ਦਾ ਕੋਈ ਪ੍ਰੋਗਰਾਮ ਨਹੀਂ ਚੱਲ ਰਿਹਾ ਟੈਲੀਵਿਜ਼ਨ ਦਾ। ਹਾਂਜੀ, ਅਤੇ ਇੱਕ ਅਸੀਂ ਇਹ ਪ੍ਰੋਗਰਾਮ ਕਰਨ ਦਾ ਸੋਚਿਆ ਹੈ, ਉਮੀਦ ਹੈ ਇਹਦੇ ਨਾਲ ਕੈਨੇਡੀਅਨ ਕਮਿਊਨਿਟੀ ਅਤੇ ਸਾਡੀ ਪੰਜਾਬੀ ਕਮਿਊਨਿਟੀਆਂ ਫਾਇਦਾ ਉਠਾ ਸਕਦੀਆਂ। ਤੁਸੀਂ ਦੱਸ ਸਕਦੇ ਹੋ ਕੈਨੇਡੀਅਨ ਕਮਿਊਨਿਟੀ ਨੂੰ ਸਾਡੇ ਇਸ ਪ੍ਰੋਗਰਾਮ ਦਾ ਕੀ ਫਾਇਦਾ ਹੋਏਗਾ? ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਦੀ ਇਹ ਹੈ ਵੀ ਟੈਲੀਵਿਜ਼ਨ ਯਾਨੀ ਦੂਰਦਰਸ਼ਨ ਸਾਡੀ ਜ਼ਿੰਦਗੀ ਦਾ ਇੱਕ ਅੰਗ ਬਣਿਆ ਹੋਇਆ ਹੈ ਜੀ। ਅਸੀਂ ਥੋੜ੍ਹਾ ਬਹੁਤ ਵਕਤ ਇਸ ਨਾਲ ਜ਼ਰੂਰ ਬਿਤਾਉਂਦੇ ਹਾਂ। ਅਸੀਂ ਜੇ ਥੋੜ੍ਹਾ ਬਿਤਾਉਂਦੇ ਬੱਚੇ ਮੇਰੇ ਖਿਆਲ ਜ਼ਿਆਦਾ, ਹਾਂ ਉਹ ਜ਼ਿਆਦਾ ਬਿਤਾਉਂਦੇ ਆ ਜੀ। ਦੂਸਰੀ ਚੀਜ਼ ਹੈ ਟੈਲੀਵਿਜ਼ਨ ਪ੍ਰੋਗਰਾਮਿੰਗ ਦੇ ਨਾਲ ਤੁਸੀਂ ਇੱਕੋ ਵੇਰੀ ਹਜ਼ਾਰਾਂ ਹੀ ਵਿਅਕਤੀਆਂ ਤੱਕ ਆਪਣਾ ਸੰਦੇਸ਼ ਪਹੁੰਚਾ ਸਕਦੇ ਹੋ, ਜਿਹੜਾ ਕਿ ਕਿਤਾਬਾਂ ਰਾਹੀਂ ਨਹੀਂ ਹੋ ਸਕਦਾ ਜੀ ਜੀ। ਅੱਛਾ, ਤੀਸਰੀ ਚੀਜ਼ ਹੈ ਅਸੀਂ ਇੱਥੇ ਇਹਨਾਂ ਮੁਲਕਾਂ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਹਾਂ ਅਤੇ ਕਿਸੇ ਕੋਲ ਇੰਨਾ ਵਕਤ ਨਹੀਂ ਵੀ ਉਹ ਸਾਡੀ ਸੱਭਿਅਤਾ ਅਤੇ ਸਾਡੀਆਂ ਕਿਤਾਬਾਂ ਨੂੰ ਪੜ੍ਹੇ। ਇਹ ਆਪਣੇ ਆਪ ਨੂੰ ਐਕਸਪੋਜਰ ਦੇਣਾ ਇਹ ਸਾਡਾ ਆਪਣੀ ਕਮਿਊਨਿਟੀ ਦਾ ਆਪਣਾ ਫਰਜ਼ ਹੈ। ਤੁਹਾਡੇ ਕਹਿਣ ਤੋਂ ਭਾਵ ਇਹ ਕਿ ਜਿਹੜਾ ਵਿਜੂਅਲ ਆਰਟ ਹੈ ਇਸ ਨਾਲ ਕੈਨੇਡੀਅਨ ਲੋਕ ਸਾਡੇ ਸੱਭਿਅਤਾ ਅਤੇ ਸੱਭਿਆਚਾਰ ਬਾਰੇ ਸਾਡੇ ਸਾਹਿਤ ਬਾਰੇ ਛੇਤੀ ਵੱਖ ਹੋਣ। ਹਾਂ, ਜਿਹੜਾ ਇਹ ਮੀਡੀਅਮ ਹੈ ਇਹ ਬਾਕੀ ਮੀਡੀਅਮਸ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਇਹਦੀ ਅੱਜ ਕੱਲ੍ਹ ਜ਼ਿਆਦਾ ਕਦਰ ਹੈ ਅਤੇ ਇਹ ਥੋੜ੍ਹੇ ਸਮੇਂ ਵਿੱਚ ਇਹ ਬਹੁਤੇ ਲੋਕਾਂ ਤੱਕ ਪਹੁੰਚ ਸਕਦਾ। ਕਹਿਣ ਦਾ ਮਤਲਬ ਇਹ ਕਿ ਲੋਕੀ ਘੱਟ ਐਫਰਟਸ ਨਾਲ ਛੇਤੀ ਗੱਲ ਸਮਝ। ਹਾਂਜੀ। ਅੱਛਾ, ਤੁਸੀਂ ਕਿਹਾ ਕਿ ਸਾਡੇ ਇੱਥੇ ਜਿਹੜੇ ਰਹਿੰਦੇ ਨੇ ਭਾਰਤ ਵਾਸੀ ਜਾਂ ਸਾਡੇ ਬੱਚੇ, ਉਹਨਾਂ ਨੂੰ ਕੋਈ ਫਾਇਦਾ ਹੋਏਗਾ, ਕੀ ਤੁਸੀਂ ਉਸ 'ਤੇ ਥੋੜ੍ਹਾ ਚਾਨਣਾ ਪਾ ਸਕਦੇ? ਹਾਂ, ਇਹਨਾਂ ਪ੍ਰੋਗਰਾਮਾਂ ਦੀਆਂ ਦੋ ਲੜੀਆਂ ਅਸੀਂ ਰੱਖਾਂਗੇ ਜੀ। ਪਹਿਲੀ ਲੜੀ ਆਪਣੀ ਬੋਲੀ ਅਤੇ ਆਪਣੀ ਸੱਭਿਅਤਾ ਨਾਲ ਆਪਣੇ ਲੋਕਾਂ ਨੂੰ ਜੋੜੀ ਰੱਖਣਾ ਅਤੇ ਖਾਸ ਕਰਕੇ ਬੱਚਿਆਂ ਨੂੰ, ਅਤੇ ਦੂਸਰੀ ਲੜੀ ਵਿੱਚ ਅਸੀਂ ਕੈਨੇਡੀਅਨ ਕਮਿਊਨਿਟੀ ਦੇ ਨਾਲ ਮਿਲ ਕੇ ਅਤੇ ਉਹਨਾਂ ਦੇ ਕ੍ਰੋਸ ਕਲਚਰਲ ਪ੍ਰੋਗਰਾਮ ਕਰਾਂਗੇ ਜੀ, ਜਿਹਦੇ ਵਿੱਚ ਉਹ ਸਾਡੇ ਕਲਚਰ ਨੂੰ ਸਮਝ ਸਕਣ ਜੀ ਅਤੇ ਅਸੀਂ ਉਹਨਾਂ ਦੇ ਕਲਚਰ ਨੂੰ ਸਮਝ ਸਕੀਏ। ਬਹੁਤ ਅੱਛਾ ਯਤਨ ਹੈ ਜੀ। ਇਸ ਤੋਂ ਇਲਾਵਾ ਤੁਸੀਂ ਮੈਨੂੰ ਗੱਲ ਕਰ ਰਹੇ ਸੀ ਕਿ ਅਸੀਂ ਆਪਣੀ ਪੰਜਾਬੀ ਜ਼ੁਬਾਨ ਪੜ੍ਹਾਉਣ ਲਈ ਵੀ ਸ਼ਾਇਦ ਕੋਸ਼ਿਸ਼ ਕਰਾਂਗੇ, ਕੀ ਤੁਸੀਂ ਉੱਥੇ ਵੀ ਚਾਨਣਾ? ਹਾਂ, ਅਸੀਂ ਇਹ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਪੰਜਾਬੀ ਦੀ ਪੜ੍ਹਾਈ ਦਾ ਵੀ ਥੋੜ੍ਹਾ ਬਹੁਤ ਯਤਨ ਕਰਾਂਗੇ, ਪਰ ਸਭ ਤੋਂ ਜ਼ਿਆਦਾ ਅਸੀਂ ਇਸ ਕਮਿਊਨਿਟੀ ਪ੍ਰੋਗਰਾਮ ਵਿੱਚ ਲੋਕਾਂ ਤੋਂ ਮੰਗ ਕਰਦੇ ਹਾਂ, ਆਪਣੀ ਕਮਿਊਨਿਟੀ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਹਿਯੋਗ ਦੇਣ ਤਾਂ ਕਿ ਕਿਉਂਕਿ ਇਹ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਕਾਮਯਾਬ ਬਣਾਓ। ਜੇ ਕਿਸੇ ਨੇ ਤੁਹਾਨੂੰ ਇਸ ਸੰਬੰਧੀ ਫੋਨ ਕਰਨਾ ਹੋਵੇ ਤਾਂ ਤੁਸੀਂ ਜਾਂ ਖਤ ਲਿਖਣਾ ਹੋਵੇ ਕਿਸ ਤਰ੍ਹਾਂ ਕਰ ਸਕਦੇ? ਤੁਸੀਂ ਇਹ ਟੈਲੀਫੋਨ 4455 5497